ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜੂਨ 84 ਦਾ ਘੱਲੂਕਾਰਾ ਅਤੇ ਨਵੰਬਰ 84 ਦਾ ਘੱਲੂਕਾਰਾ, ਇਸ ਬਾਰੇ ਤਾਂ ਅੱਜ ਬਹੁਤ ਸਾਰੀਆਂ ਸਿੱਖ ਸੰਗਤਾਂ ਜਾਣੂ ਨੇ, ਪਰ ਪੰਜਾਬ ਦੇ ਦਿਨਾਂ ਅੱਤਵਾਦ ਦੇ ਦਿਨਾਂ ਥੱਲੇ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਇਆ ਗਿਆ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ, ਇਸ ਕਹਾਣੀ ਨੂੰ ਸ਼ਾਇਦ ਅਜੇ ਵੀ ਵੇਰਵੇ ਦੀ ਲੋੜ ਹੈ। 1984 ਤੋਂ ਲੈ ਕੇ 1995 ਤੱਕ ਪੰਜਾਬ ਵਿੱਚ ਜਬਰ ਦੀ ਹਨੇਰੀ ਚਲਾਈ ਗਈ ਅਤੇ ਇੱਕ ਅੰਦਾਜ਼ੇ ਮੁਤਾਬਿਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਇਸ ਸਮੇਂ ਦੌਰਾਨ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ। ਇਹਨਾਂ ਵਸਦੇ ਰਸਦੇ ਘਰਾਂ ਦੇ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਉਣ ਵਾਲਿਆਂ ਦੀ ਕਹਾਣੀ ਕਦੇ ਬਾਹਰ ਨਹੀਂ ਆਉਂਦੀ। ਜੇ ਮਨੁੱਖੀ ਹੱਕਾਂ ਦੇ ਰਾਖੇ ਸਰਦਾਰ ਜਸਵੰਤ ਸਿੰਘ ਖਾਲੜਾ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਇਹਨਾਂ ਤੱਥਾਂ ਨੂੰ ਸਾਹਮਣੇ ਨਾ ਲਿਆਉਂਦੇ, ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸ਼ਮਸ਼ਾਨ ਘਾਟਾਂ 'ਚ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਇਕੱਠੇ ਕਰਤੇ ਕਰਨੇ ਸ਼ੁਰੂ ਕੀਤੇ ਤਾਂ ਪ੍ਰਗਟਾਵੇ ਹੈਰਾਨ ਕਰ ਦੇਣ ਵਾਲੇ ਸਨ। 1992 ਤੋਂ ਲੈ ਕੇ 1994 ਤੱਕ ਦੇ 2 ਸਾਲਾਂ ਵਿੱਚ 2500 ਤੋਂ ਜ਼ਿਆਦਾ ਨੌਜਵਾਨਾਂ ਨੂੰ ਇਹਨਾਂ 3 ਸ਼ਮਸ਼ਾਨ ਘਾਟਾਂ ਵਿੱਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਗਿਆ ਸੀ। ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਧਮਕੀ ਦਿੱਤੀ ਗਈ ਕਿ ਉਹ ਪੰਜਾਬ ਵਿੱਚ ਸਾੜੀਆਂ ਗਈਆਂ 2500 ਦੇ ਕਰੀਬ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਨੇ, ਜੇ ਉਹ ਨਾ ਹਟੇ ਤਾਂ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਜਾਏਗਾ। ਅਤੇ ਠੀਕ ਇਸੇ ਤਰ੍ਹਾਂ ਹੋਇਆ। ਸਪਤੰਬਰ ਦੇ ਪਹਿਲੇ ਹਫ਼ਤੇ ਸਰਦਾਰ ਸਾਹਿਬ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੇ ਹੀ ਘਰੋਂ ਚੁੱਕਿਆ ਗਿਆ ਅਤੇ ਫਿਰ ਉਹਨਾਂ ਦੀ ਕੋਈ ਉਗ ਸੁਗ ਨਹੀਂ ਮਿਲੀ। ਬਾਅਦ ਵਿੱਚ ਇਹ ਤੱਥ ਸਾਹਮਣੇ ਆਏ ਕਿ ਉਹਨਾਂ ਨੂੰ ਭਾਰੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਦੁਸ਼ਮਣ ਇਹ ਸਮਝਦਾ ਸੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਕੇ ਉਹਨਾਂ ਨੇ ਸੱਚ ਦੀ ਆਵਾਜ਼ ਦਬਾ ਦਿੱਤੀ ਹੈ, ਪਰ ਐਸਾ ਨਹੀਂ ਹੋਇਆ। ਖਾਲੜਾ ਸਾਹਿਬ ਦੀ ਬਹਾਦਰ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿੱਥੇ ਆਪਣੇ 2 ਬੱਚਿਆਂ ਦੀ ਸੁਚੱਜੀ ਪਰਵਰਿਸ਼ ਕੀਤੀ, ਉੱਥੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮਨੁੱਖੀ ਹੱਕਾਂ ਦੇ ਕੰਮ ਨੂੰ ਵੀ ਅੱਗੇ ਤੋਰਿਆ। ਆਪਣੇ ਪਤੀ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਅਤੇ ਸੁਪਰੀਮ ਕੋਰਟ ਤੱਕ ਕੇਸ ਨੂੰ ਲੜ ਕੇ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਦੁਨੀਆ ਸਾਹਮਣੇ ਲਿਆਂਦੀ। ਬੀਬੀ ਪਰਮਜੀਤ ਕੌਰ ਖਾਲੜਾ ਦੀ ਕੁਰਬਾਨੀ, ਤਿਆਗ, ਦ੍ਰਿੜਤਾ ਇਸ ਗੱਲ ਦਾ ਸਬੂਤ ਹੈ ਕਿ ਸਿੰਘਣੀਆਂ ਵੀ ਕਿਸੇ ਪਾਸਿਓ ਸਿੰਘਾਂ ਤੋਂ ਘੱਟ ਨਹੀਂ ਹਨ ਅਤੇ ਅੱਜ ਦੇ ਸੰਘਰਸ਼ ਵਿੱਚ ਇਹਨਾਂ ਦਾ ਵੀ ਵਡਮੁੱਲਾ ਯੋਗਦਾਨ ਹੈ। ਅੱਜ ਅਸੀਂ ਸਿੱਖ ਪੰਥ ਦੀ ਇਸ ਬਹਾਦਰ ਸੁਪੁੱਤਰੀ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਅੰਮ੍ਰਿਤਸਰ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਹਨ। ਜੀ ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਕਿੱਥੇ ਹੋਇਆ, ਤੁਹਾਡੀ ਪੜ੍ਹਾਈ ਕਿੱਥੇ ਸ਼ੁਰੂ ਹੋਈ ਤੇ ਸਰਦਾਰ ਖਾਲੜਾ ਜੀ ਨਾਲ ਤੁਹਾਡੇ ਆਨੰਦ ਕਾਰਜ ਕਦੋਂ ਹੋਏ? ਹਾਂਜੀ, ਮੈਂ ਪਰਮਜੀਤ ਕੌਰ ਮੇਰਾ ਨਾਂ ਹੈ ਜੀ। ਮੇਰਾ ਜਿਹੜਾ ਜਨਮ ਹੈ ਉਹ ਇਸ ਵੇਲੇ ਮੋਗੇ ਜ਼ਿਲ੍ਹੇ 'ਚ ਪਿੰਡ ਚੜਿੱਕ ਹੈ, ਉੱਥੇ ਹੋਇਆ ਜੀ। ਮੇਰੀ ਪੜ੍ਹਾਈ ਮਤਲਬ ਮੋਗਾ ਕਾਲਜ ਦੇ ਵਿੱਚ, ਅਤੇ ਉਸ ਤੋਂ ਬਾਅਦ ਮੈਂ MA ਪਟਿਆਲਾ ਯੂਨੀਵਰਸਿਟੀ ਤੋਂ, ਅਤੇ ਆਪਣਾ ਜਿਹੜਾ ਬੈਚੁਲਰ ਕੋਰਸ ਮਾਸਟਰਸ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੂਰੇ ਕਰਕੇ। ਮੇਰੀ ਸ਼ਾਦੀ ਸਰਦਾਰ ਜਸਵੰਤ ਸਿੰਘ ਖਾਲੜਾ ਨਾਲ 1 ਅਗਸਤ 1981 ਦੇ ਵਿੱਚ ਹੋਈ।
ਤੇ ਅਸਲ ਵਿਚ ਕਹਿ ਸਕਦੇ ਹਾਂ ਕਿ ਪਹਿਲੀ ਲਾਈਫ ਤਾਂ ਹਰ ਬੰਦੇ ਦੀ ਇਸੇ ਤਰ੍ਹਾਂ ਹੀ ਹੁੰਦੀ ਹੈ, ਪਰ ਜਿਸ ਤਰ੍ਹਾਂ ਕਹਿੰਦੇ ਆ ਵੀ ਸ਼ਹੀਦ ਦੀ ਮੌਤ ਤੋਂ ਬਾਅਦ ਹੀ ਉਹਦੀ ਅਸਲ ਜ਼ਿੰਦਗੀ ਸ਼ੁਰੂ ਹੁੰਦੀ ਹੈ। ਸਰਦਾਰ ਜਸਵੰਤ ਸਿੰਘ ਨਾਲ ਮੈਰਿਜ ਤੋਂ ਬਾਅਦ ਬੇਸ਼ੱਕ ਮੈਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਸੀ ਕਿ ਉਹ ਕਿਸ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਆ। ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਉਹ 20 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਸੀ ਜੀ। ਤੇ ਮੈਂ ਆਪਣੀ ਜਿਹੜੀ ਜੌਬ ਹੈ ਉਹ 1983 ਚ ਯੂਨੀਵਰਸਿਟੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਜ ਏ ਪ੍ਰੋਫੈਸ਼ਨਲ ਅਸਿਸਟੈਂਟ ਲਾਇਬ੍ਰੇਰੀ ਦੇ ਵਿੱਚ ਸ਼ੁਰੂ ਕੀਤੀ ਸੀ ਜੀ। ਬਸ ਇੰਨਾ ਕਿ ਮੇਰਾ ਪਿਛੋਕੜ ਜੇ ਮੰਨ ਲਓ ਤੇ ਬਹੁਤ ਹੈ ਜੀ। ਤੇ ਉਸ ਤੋਂ ਬਾਅਦ ਸਰਦਾਰ ਜਸਵੰਤ ਸਿੰਘ ਖਾਲੜਾ ਜਾਂ ਤੁਸੀਂ ਕਹਿ ਸਕਦੇ ਹੋ ਕਿ 78 ਤੋਂ ਹੀ ਪੰਜਾਬ ਦੇ ਵਿੱਚ ਜੋ ਹਾਲਾਤ ਬਣਨੇ ਸ਼ੁਰੂ ਹੋਏ ਹਾਂਜੀ, ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿੰਨੀ ਵੀ ਗੱਲ ਕੀਤੀ ਉਹ ਸਾਰੀ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਦੇ ਉੱਤੋਂ ਖੜ ਕੇ ਕੀਤੀ ਜੀ। ਹੌਲੀ ਹੌਲੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਬੈਕਗਰਾਉਂਡ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਵਿੱਚੋਂ ਘਰ ਘਰ ਦੇ ਵਿੱਚੋਂ ਮੁੰਡਿਆਂ ਨੂੰ ਚੱਕ ਕੇ ਔਰ ਉਹਨਾਂ ਨੂੰ ਘਰਾਂ ਤੋਂ ਚੁੱਕਿਆ ਜਾਂਦਾ ਸੀ, ਕਈ ਵਾਰੀ ਜੇਲ੍ਹਾਂ ਚੋਂ ਵੀ ਕੱਢ ਕੇ ਉਹਨਾਂ ਨੂੰ ਕਿਸੇ ਪੁਲ ਜਾਂ ਨਹਿਰ ਦੇ ਥਾਂ ਤੇ ਉਹਨਾਂ ਦਾ ਮੁਕਾਬਲਾ ਬਣਾ ਕੇ ਤੇ ਬਹਾਦਰੀ ਵਿਖਾ ਕੇ ਉਹਨਾਂ ਦੇ ਨਾਂ ਤੇ ਇਨਾਮ ਵੀ ਲਏ ਜਾਂਦੇ ਸੀ, ਤਰੱਕੀਆਂ ਵੀ ਲਈਆਂ ਜਾਂਦੀਆਂ ਸੀ। ਸਾਰਾ ਜਿਹੜਾ ਪੰਜਾਬ ਹੈ ਖਾਸ ਤੌਰ ਤੇ ਮਾਝੇ ਦੀ ਧਰਤੀ, ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਿਸਪੀਅਰ ਹੋ ਗਏ ਘਰਾਂ ਦੇ ਉੱਤੋਂ ਤੇ ਕੋਈ ਡਰਦਾ ਬੋਲਦਾ ਨਹੀਂ ਸੀ। ਇੱਕ ਗੱਲ ਜ਼ਰੂਰ ਸੀ, ਪ੍ਰੈਸ ਦੇ ਵਿੱਚ ਇਹ ਤਾਂ ਆ ਰਿਹਾ ਸੀਗਾ ਵੀ ਹਾਹਾਕਾਰ ਮੱਚੀ ਹੋਈ ਸੀ, ਕੁਛ ਮਨੁੱਖੀ ਅਧਿਕਾਰ ਜਥੇਬੰਦੀਆਂ ਜਾਂ ਕੁਛ ਲੋਕ ਇਹ ਸੋਚ ਰਹੇ ਸੀਗੇ ਵੀ ਇਹ ਹੋ ਕੀ ਰਿਹਾ, ਪਰ ਇੰਨਾ ਤਸ਼ੱਦਦ ਪੰਜਾਬ ਪੁਲਿਸ ਦਾ ਕਿ ਕੋਈ ਵੀ ਇਹਨੂੰ ਇਨੀਸ਼ੀਏਟਿਵ ਨਹੀਂ ਸੀ ਲੈਂਦਾ, ਕੋਈ ਵੀ ਇਹਨੂੰ ਸਮਝਦਾ ਨਹੀਂ ਸੀਗਾ ਵੀ ਇਹਨੂੰ ਕਿਵੇਂ ਗੱਲ ਹੋਵੇ। ਸਾਰੇ ਲੋਕ ਕੁਛ ਡਰ ਕੇ, ਕੁਛ ਮਾਹੌਲ ਨੂੰ ਵੇਖ ਕੇ ਜਾਂ ਕੁਛ ਪਰਿਵਾਰ, ਮੈਂ ਅੱਜ ਦੀ ਡੇਟ ਚ ਕਹਿ ਸਕਦੀ ਇਹ ਵੀ ਕਿ ਕੌਮ ਦੀ ਕੋਈ ਲੜਾਈ ਲੜੀ ਜਾ ਰਹੀ ਆ ਔਰ ਉਹਦੇ ਵਿੱਚ ਜਿਹੜੀਆਂ ਕੁਰਬਾਨੀਆਂ ਹੋਣੀਆਂ ਉਹ ਵੀ ਹੋਣੀਆਂ। ਇਸ ਕਰਕੇ ਸਾਰਾ ਜਿਹੜੀ ਕੌਮ ਆ ਉਸ ਵੇਲੇ ਤਾਂ ਭੰਬਲ ਭੂਸੇ ਚ ਪਈ ਹੋਈ ਸੀ। ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਇੰਟੈਲੀਜੈਂਟ ਮੈਂ ਕਹਿ ਸਕਦੀ ਹਾਂ ਬੰਦਾ ਸੀ ਜਿਹੜਾ ਸਾਰਾ ਕੁਛ ਵਾਚ ਕਰ ਰਿਹਾ ਸੀ। ਹਾਂਜੀ, ਕੋਈ ਵੀ ਇਹੋ ਜਿਹੀ ਜਿਹੜੀ ਘਟਨਾ ਸੀਗੀ ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਸੀ, ਕਈ ਵਾਰੀ ਇੱਕ ਪਿੰਡ ਚੋਂ ਜਾਂ ਇੱਕ ਘਰ ਚੋਂ ਕਿੰਨੇ ਕਿੰਨੇ ਜੀਆਂ ਨੂੰ ਤਸ਼ੱਦਦ ਵੀ ਕੀਤਾ ਜਾਂਦਾ ਸੀ, ਸ਼ਹੀਦ ਵੀ ਕੀਤਾ ਜਾਂਦਾ ਸੀ ਔਰ ਲਾਸ਼ਾਂ ਵੀ ਨਹੀਂ ਸੀ ਮਿਲਦੀਆਂ। 1978 ਤੋਂ ਲੈ ਕੇ 88 ਤੱਕ ਜਿਹੜੀਆਂ ਬਹੁਤ ਸਾਰੀਆਂ ਲਾਸ਼ਾਂ ਪਿੰਡਾਂ ਦੇ ਦਬਾਅ ਕਰਕੇ, ਪੰਚਾਇਤਾਂ ਕਰਕੇ ਜਾਂ ਪੁਲਿਸ ਇਹਨੂੰ ਲੈ ਲੈਂਦੀ ਸੀ, ਲਾਸ਼ਾਂ ਜਿਹੜੀਆਂ ਉਹ ਪਰਿਵਾਰਾਂ ਨੂੰ ਦੇ ਦਿੱਤੀਆਂ ਜਾਂਦੀਆਂ ਸੀ ਜਿਹੜੇ ਮੁਕਾਬਲੇ ਬਣਾਏ ਜਾਂਦੇ ਸੀ। ਪਰ KPS ਗਿੱਲ ਨੇ ਇੱਕ ਬਹੁਤ ਵੱਡੀ ਪਲਾਨ ਕਰਕੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਰੌਲਾ ਪੈਂਦਾ, ਇਸ ਤਰ੍ਹਾਂ ਲੋਕ ਜਿਹੜੇ ਆ ਉਹ ਭੋਗਾਂ ਤੇ ਇਕੱਠੇ ਹੁੰਦੇ ਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਇਸ ਕਰਕੇ ਉਹਨੇ ਇੱਕ ਕ੍ਰਾਈਟੀਰੀਆ ਬਣਾ ਲਿਆ 88 ਤੋਂ ਲੈ ਕੇ 94 ਤੱਕ ਕਿ ਇਹਨਾਂ ਲੋਕਾਂ ਦੀਆਂ ਲਾਸ਼ਾਂ ਵੀ ਨਾ ਦਿੱਤੀਆਂ ਜਾਣ। ਤੇ ਸਭ ਤੋਂ ਵੱਡੀ ਤ੍ਰਾਸਦੀ ਪੰਜਾਬ ਦੀ ਇਹ ਆ ਕਿ ਪੰਜਾਬ ਦੇ ਵਿੱਚ ਜਿੰਨੀਆਂ ਲਾਸ਼ਾਂ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ ਜੀ। ਇਹ ਸਾਨੂੰ ਸਰਦਾਰ ਜਸਵੰਤ ਸਿੰਘ ਦੀ ਆਪਣੀ ਡੈਡ ਬੋਡੀ ਨੂੰ ਵੀ ਦਰਿਆ ਵਿੱਚ ਰੋੜਿਆ ਗਿਆ ਜੀ। ਇਹ ਮਤਲਬ ਇੱਕ ਬੜੀ ਵੱਡੀ ਟ੍ਰੈਜਡੀ ਸੀ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਦੋਂ ਇਹ ਸਾਰੀ ਗੱਲ ਵੇਖੀ ਵੀ ਹੋ ਕੀ ਰਿਹਾ ਹੈ, ਇਹ ਪਰਿਵਾਰਾਂ ਨੂੰ ਮਿਲਦੇ ਸੀ, ਹੋਰ ਵੀ ਜਥੇਬੰਦੀਆਂ ਕੰਮ ਕਰਦੀਆਂ ਸੀ,
ਪਰ ਬਾਏ ਚਾਂਸ ਜਿਵੇਂ ਕਹਿੰਦੇ ਆ ਵੀ ਮੌਕਾ ਮੇਲ ਜਾਂ ਇੱਕ ਬਣ ਜਾਂਦੀ ਹੈ ਕਹਾਣੀ, ਇਹ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਸ ਵੇਲੇ 90 ਤੋਂ ਲੈ ਕੇ 90 ਤੋਂ ਸ਼ੁਰੂ ਹੋ ਕੇ, ਤੇ ਇਹਨਾਂ ਦੇ ਨਾਲ ਦੇ ਦੋ ਡਾਇਰੈਕਟਰ ਉਹ ਵੀ ਇਸੇ ਤਰ੍ਹਾਂ ਡਿਸਅਪੀਅਰ ਹੋ ਗਏ, ਸਰਦਾਰ ਪਿਆਰਾ ਸਿੰਘ ਤੇ ਅਮਰੀਕ ਸਿੰਘ ਮੱਤੇਵਾਲ ਜੀ। ਉਹ ਜਦੋਂ ਡਿਸਅਪੀਅਰ ਹੋਏ ਤੇ ਉਹ ਫੈਮਿਲੀ ਜਿਵੇਂ ਇਹਨਾਂ ਨੂੰ ਜਾਣਦੀ ਸੀ ਤੇ ਉਹਨਾਂ ਨੇ ਅਪਰੋਚ ਕੀਤਾ ਵੀ ਉਹਨਾਂ ਨੂੰ ਇਹ ਸਾਰੀ ਗੱਲ ਦਾ ਪਿਆਰਾ ਸਿੰਘ ਜੀ ਨੂੰ ਪਤਾ ਹੈ, ਸਾਰੀ ਦੁਨੀਆਂ ਨੂੰ ਪਤਾ ਸੀ ਵੀ ਉਹਨੂੰ ਯੂਪੀ ਤੋਂ ਲੈ ਕੇ ਆਏ ਆ ਤੇ ਇੱਥੇ ਅੰਮ੍ਰਿਤਸਰ ਦੇ ਨੇੜੇ ਕਿਸੇ ਬਾਗ ਤੇ ਵਿੱਚ ਗਮਾਨਪੁਰੇ ਉਹਦਾ ਮੁਕਾਬਲਾ ਬਣ ਗਿਆ। ਪਰਿਵਾਰ ਪਹੁੰਚ ਵਾਲਾ ਸੀ, ਸਾਰਾ ਕੁਛ ਪਤਾ ਲੱਗ ਗਿਆ ਉਹਨਾਂ ਨੂੰ ਵੀ ਉਹਨਾਂ ਦੀ ਡੈਡ ਬੋਡੀ ਹੈ ਜਿਹੜੀ, ਉਹਦਾ ਸੰਸਕਾਰ ਵੀ ਦੁਰਗਿਆਨਾ ਮੰਦਿਰ ਵਿੱਚ ਹੋ ਚੁੱਕਾ ਹੈ। ਜਦੋਂ ਇਹਨਾਂ ਨੇ ਦੁਰਗਿਆਨਾ ਮੰਦਿਰ ਦੇ ਵਿੱਚ ਪਰਿਵਾਰ ਦੇ ਨਾਲ ਜਾ ਕੇ ਪਹੁੰਚ ਦਿੱਤੀ ਕਿ ਕੱਲ੍ਹ ਇੱਥੇ ਪਿਆਰਾ ਸਿੰਘ ਦੀ ਡੈਡ ਬੋਡੀ ਆਈ ਹੈ ਤੇ ਅਸੀਂ ਉਹਦੀਆਂ ਲੈਣਾ ਚਾਹੁੰਦੇ ਹਾਂ, ਅਸਥੀਆਂ ਲੈਣਾ ਚਾਹੁੰਦੇ ਹਾਂ, ਤਾਂ ਉਹਨਾਂ ਨੇ ਜਿਹੜੇ ਉੱਥੋਂ ਦੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਵੀ ਇੱਥੇ ਤੇ ਰੋਜ਼ 8-10 ਲਾਸ਼ਾਂ ਆਉਂਦੀਆਂ, ਕਈ ਵਾਰੀ ਤੇ ਟਰੱਕ ਆ ਜਾਂਦਾ ਤੇ ਸਾਨੂੰ ਇਹ ਨੀ ਪਤਾ ਵੀ ਕਿਹੜੀ ਕਿਹਦੀ ਲਾਸ਼ ਹੈ ਜੀ। ਪਰ ਇੱਕ ਮੁਲਾਜ਼ਮ ਨੇ ਥੋੜਾ ਜਿਹਾ ਆਪਣੀ ਜਾਣਕਾਰੀ ਦਿੱਤੀ ਕਿ ਸਾਡੇ ਕੋਲ ਥੋੜਾ ਜਿਹਾ ਰਿਕਾਰਡ ਹੈ ਜਿਹਦੇ ਵਿੱਚ ਅਸੀਂ ਲੱਕੜਾਂ ਲੈਂਦੇ ਹਾਂ ਕਾਰਪੋਰੇਸ਼ਨ ਤੋਂ, ਤੇ ਉੱਥੇ ਤੁਸੀਂ ਵੇਖ ਲਓ ਵੀ ਕੱਲ ਪਿਆਰਾ ਸਿੰਘ ਦੀ ਬੋਡੀ ਆਈ ਜਾਂ ਨਹੀਂ ਆਈ ਜੀ। ਜਦੋਂ ਉਹ ਰਿਕਾਰਡ ਇਹਨਾਂ ਨੇ ਵੇਖਿਆ ਤਾਂ ਉਹਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਲਾਸ਼ਾਂ ਹਾਂਜੀ ਉਹ ਜਿਹੜੀਆਂ ਉੱਥੇ ਸਾਰੀ ਆਈਡੈਂਟੀਫਿਕੇਸ਼ਨ ਲਿਖ ਕੇ ਵੀ ਕਿਸ ਬੰਦੇ ਦੀ ਲਾਸ਼ ਆ, ਉਹਦੇ ਫਾਦਰ ਨੇਮ, ਉਹਦੇ ਪਿੰਡ ਦਾ ਨਾਂ, ਸਾਰਾ ਕੁਛ ਲਿਖ ਕੇ ਤੇ ਲਾਸਟ ਕਾਲਮ ਦੇ ਵਿੱਚ ਇਹ ਲਿਖ ਦਿੱਤਾ ਕਿ ਇਹ ਅਨਆਈਡੈਂਟੀਫਾਈਡ ਹੈ, ਲਾਵਾਰਸ ਹੈ ਲਾਸ਼ ਹਾਂਜੀ। ਇੱਕ ਬਹੁਤ ਵੱਡਾ ਕਲੂ ਜਿਹੜਾ ਇਹਨਾਂ ਦੇ ਹੱਥ ਵਿੱਚ ਆ ਗਿਆ ਤੇ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਉਸ ਵੇਲੇ ਉਹ ਰਿਕਾਰਡ ਹੈ ਜਿਹੜਾ ਸਾਰਾ ਉਹ ਉੱਥੋਂ ਕੱਢਿਆ ਤੇ ਕੱਢ ਕੇ ਪੰਜਾਬ ਦੇ ਵਿੱਚ ਹੌਲੀ ਹੌਲੀ ਬਿਲਕੁਲ ਵਧੀਆ ਢੰਗ ਨਾਲ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਉਹਨਾਂ ਨੇ ਚੈਲੰਜ ਕੀਤਾ ਸਟੇਟ ਨੂੰ ਵੀ ਤੁਸੀਂ ਸਾਡੇ ਜਿਹੜੇ ਲੋਕ ਆ ਮਾਰੇ ਗਏ ਆ ਉਹਨਾਂ ਦਾ ਦੱਸੋ ਕਿੱਥੇ ਆ, ਉਹਨਾਂ ਦੀ ਡੈਥ ਸਰਟੀਫਿਕੇਟ ਹੀ ਦਿਓ ਸਾਨੂੰ, ਜੋ ਵੀ ਹੈਗਾ ਬਣਦਾ ਕਾਨੂੰਨੀ ਉਹ ਕਰੋ। ਹਾਂਜੀ, ਪਰ ਇਹ ਬਹੁਤ ਵੱਡੀ ਗੱਲ ਸਟੇਟ ਨੂੰ ਲੱਗੀ ਕਿ ਕੌਣ ਬੰਦਾ ਹੈ ਜੋ ਸਾਥੋਂ ਲਾਸ਼ਾਂ ਦਾ ਹਿਸਾਬ ਮੰਗਦਾ ਹੈ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਿ ਜੇ ਮੈਂ ਇੱਥੇ ਸਾਰੀ ਇਹ ਕਹਾਣੀ ਖੋਲਦਾ ਹੈ ਤੇ ਮੇਰਾ ਵੀ ਕੁਝ ਨੀ ਬਣਨਾ ਤੇ ਇਹਨਾਂ ਲਾਸ਼ਾਂ ਦਾ ਵੀ ਕੁਝ ਨੀ ਬਣਨਾ, ਤਾਂ ਉਹਨਾਂ ਨੇ ਵੱਡੇ ਪੱਧਰ ਤੇ ਐਮਐਨਸੀ ਤੱਕ ਜਾਂ ਸੁਪਰੀਮ ਕੋਰਟ ਤੱਕ ਵੀ ਇਹਨਾਂ ਨੇ ਅਪਰੋਚ ਕੀਤੀ ਵੀ ਆਹ ਪੰਜਾਬ ਦੇ ਵਿੱਚ ਹੋ ਰਿਹਾ, ਤਾਂ ਉਹਨਾਂ ਨੇ ਕਿਹਾ ਤੁਸੀਂ ਹਾਈ ਕੋਰਟ ਰਾਹੀਂ ਆਓ। ਹਾਈ ਕੋਰਟ ਨੇ ਵੀ ਇਹ ਅਪੀਲ ਜਿਹੜੀ ਆ ਉਹ ਰੱਦ ਕਰ ਦਿੱਤੀ, ਤਾਂ ਫਿਰ ਇਹਨਾਂ ਨੇ 1995 ਅਪ੍ਰੈਲ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਆ ਕੇ ਇਹ ਗੱਲ ਜਿਹੜੀ ਉੱਥੋਂ ਦੀ ਪਾਰਲੀਮੈਂਟ ਵਿੱਚ ਵੀ ਕੀਤੀ ਤੇ ਪਬਲਿਕਲੀ ਆਪਣੇ ਗੁਰਦੁਆਰਾ ਸਾਹਿਬ ਗੁਰੂ ਘਰ ਡੈਕਸ ਵਿੱਚ ਵੀ ਇਹ ਗੱਲ ਲੋਕਾਂ ਦੇ ਸਾਹਮਣੇ ਰੱਖ ਦਿੱਤੀ। ਬਸ ਉਹ ਦਿਨ ਤੋਂ ਲੈ ਕੇ ਪੰਜਾਬ ਪੁਲਿਸ ਜਿਹੜੀ ਇਹਨਾਂ ਨੂੰ ਇਹ ਸਮਝ ਲੱਗ ਗਈ ਕਿ ਹੁਣ ਅਸੀਂ ਕਿਸੇ ਤਰ੍ਹਾਂ ਬਚ ਨਹੀਂ ਸਕਦੇ, ਕਿ ਵੀ ਇਸ ਗੱਲ ਨਾਲ ਸਿੱਧਾ ਚੈਲੰਜ ਹੋਇਆ ਜਿਹੜੀਆਂ ਅਖਬਾਰਾਂ ਨੇ ਪ੍ਰਾਇਓਰਟੀ ਨਾਲ ਛਾਪੀਆਂ ਖਬਰਾਂ, ਇਹਨਾਂ ਨੇ ਕਿਹਾ ਵੀ ਜਿਹੜੇ ਮੈਨੂੰ ਪਤਾ ਹੈ ਵੀ ਇਹ ਤੱਥ ਸਾਡੇ ਕੋਲ ਹੈ ਵੀ ਜਿਹੜੇ ਬੱਚੇ ਘਰਾਂ ਚੋਂ ਲਾਪਤਾ ਹੈ ਉਹ ਕਿੱਥੇ ਹੈ। ਹਾਂਜੀ, ਪਰ ਕੇ ਪੀ ਐਸ ਗਿੱਲ ਨੇ ਚੈਲੰਜ ਕੀਤਾ ਕਿ ਬੰਦਾ ਝੂਠ ਮਾਰਦਾ, ਮਨੁੱਖੀ ਅਧਿਕਾਰਾਂ ਵਾਲੇ ਝੂਠ ਮਾਰਦੇ ਆ, ਅਸੀਂ ਕਿਸੇ ਨੂੰ ਨਹੀਂ ਮਾਰਿਆ, ਜਿਹੜੀਆਂ ਇਹ ਲਾਵਾਰਸ ਲਾਸ਼ਾਂ ਹੈ ਜਾਂ ਇਹ ਬੈਗਰਸ ਦੀਆਂ ਹੈ ਜਾਂ ਬੰਗਲਾਦੇਸ਼ੀ ਦੀਆਂ, ਤੇ ਇਹ ਲਾਸ਼ਾਂ ਜਿਹੜੀਆਂ ਜਿਹੜੇ ਮੁੰਡੇ ਆ ਉਹ ਤੇ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ, ਇਸ ਤਰ੍ਹਾਂ ਦਾ ਟਕਰਾਅ ਪ੍ਰੈਸ ਦੇ ਵਿੱਚ ਜ਼ਬਰਦਸਤ ਹੋਇਆ
ਜਸਵੰਤ ਸਿੰਘ ਨੇ KBS ਗਿੱਲ ਨੂੰ ਚੈਲੰਜ ਕੀਤਾ ਕਿ ਤੂੰ ਮੇਰੇ ਨਾਲ ਟੇਬਲ ਟਾਕ ਕਰ ਸਕਦਾ, ਮੇਰੇ ਕੋਲੇ ਸਬੂਤ ਆ ਇਹਨਾਂ ਗੱਲਾਂ ਦੇ। ਤਾਂ ਫਿਰ ਇੱਥੋਂ ਤੱਕ ਵੀ ਹੋਇਆ ਵੀ ਜਸਵੰਤ ਸਿੰਘ ਨੇ ਇਹ ਕਿਹਾ ਵੀ ਮੇਰੀ ਮੈਨੂੰ ਮਾਰ ਕੇ ਵੀ ਲਾਵਾਰਸ ਲਾਸ਼ਾਂ ਦੇ ਸੱਚ ਤੇ ਪੜਦਾ ਨਹੀਂ ਪਾਇਆ ਜਾ ਸਕਦਾ। ਤੇ ਉਹ ਗੱਲ ਜਿਵੇਂ ਤੁਸੀਂ ਕਿਹਾ ਹੈ ਵੀ ਉਹਨਾਂ ਨੇ ਇਹਨੂੰ ਚੈਲੰਜ ਵਜੋਂ ਲਿਆ, ਇਹ ਬੰਦਾ ਕੌਣ ਹੈ ਜਿਹੜਾ ਸਾਨੂੰ ਏਡਾ ਵੱਡਾ ਚੈਲੰਜ ਦੇ ਰਿਹਾ। ਇਹ ਫਿਰ ਕੈਨੇਡਾ ਦੇ ਵਿੱਚ ਦੁਬਾਰਾ ਆਪਣੀ ਗੱਲ ਕਹਿਣ ਲਈ ਆਏ, ਜੁਲਾਈ ਦੇ ਐਂਡ 'ਚ ਘਰ ਪਹੁੰਚੇ, ਅਗਸਤ ਦੇ ਵਿੱਚ 31 ਅਗਸਤ ਨੂੰ CM ਬੇਅੰਤ ਸਿੰਘ ਦਾ ਮਰਡਰ ਹੋ ਗਿਆ। ਤੇ ਉਸੇ ਆੜ ਦੇ ਵਿੱਚ, ਕਿਉਂਕਿ ਬੇਅੰਤ ਸਿੰਘ ਦਾ ਜੋ ਵਸੀਅਤ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਮੈਨੂੰ ਵੀ ਇਸ ਤਰ੍ਹਾਂ ਮੇਰੀ ਲਾਸ਼ ਨੂੰ ਵੀ ਖੁਰਦ ਬੁਰਦ ਕੀਤਾ ਜਾਂਦਾ, ਮੇਰੀ ਲਾਸ਼ ਦੇ ਜ਼ਿੰਮੇਵਾਰ KPS ਗਿੱਲ ਤੇ ਬੇਅੰਤ ਸਿੰਘ ਹੋਣਗੇ। ਤੇ ਉਹ ਮਤਲਬ ਕਿ ਬੇਅੰਤ ਸਿੰਘ ਦਾ ਨਾਂ ਆਉਂਦਾ ਸੀ, ਤੇ ਇਸ ਕਰਕੇ ਉਹਨਾਂ ਨੇ 5-6 ਦਿਨ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਇੱਥੋਂ ਘਰੋਂ ਚੁੱਕਿਆ। ਘਰੋਂ ਚੱਕ ਕੇ ਉਹਨਾਂ ਨੇ ਮਤਲਬ ਕਿ ਬਿਲਕੁਲ ਹੀ ਡਿਸਅਪੀਅਰ ਕਰਤਾ। ਜਦੋਂ ਅਸੀਂ 24 ਘੰਟੇ ਦੇ ਵਿੱਚ ਹੀ ਅਸੀਂ ਕੋਰਟ ਨੂੰ ਅਪਰੋਚ ਕੀਤਾ, ਕਿਉਂਕਿ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਕਹਾਣੀ ਕੀ ਹੈ, ਕਿਉਂਕਿ ਪ੍ਰੈਸ ਦੇ ਵਿੱਚ ਵੀ ਲੋਕਾਂ ਨੂੰ ਇਸ ਗੱਲ ਦਾ ਸਾਰੀ ਦਾ ਪਤਾ ਸੀ। ਸੁਪਰੀਮ ਕੋਰਟ 'ਚ ਕੇਸ ਲੱਗਿਆ ਔਰ 3 ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕੋਲ ਰਹੀ ਜੀ। ਤੇ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਹੈ ਜਿਹੜੀ CBI ਕੋਲ ਗਈ। ਪੰਜਾਬ ਪੁਲਿਸ ਸਾਡੇ ਤੇ ਸਾਰਾ ਇਹੋ ਹੀ ਜ਼ੋਰ ਬਣਾਉਂਦੀ ਰਹੀ ਪਰਿਵਾਰ ਤੇ, ਮੇਰੇ ਤੇ, ਮੇਰੇ ਫਾਦਰ ਇਨ ਲਾਅ ਤੇ, ਕਿ ਤੁਸੀਂ ਇਹ ਕਹੋ ਕਿ ਬੰਦਾ ਪੰਜਾਬ ਪੁਲਿਸ ਨੇ ਨਹੀਂ ਚੱਕਿਆ, ਇੱਕ ਵਾਰੀ ਪ੍ਰੈਸ 'ਚ ਇਹ ਗੱਲ ਕਹਿ ਦਿਓ ਤੇ ਅਸੀਂ ਤੁਹਾਡਾ ਬੰਦਾ ਤੁਹਾਨੂੰ ਦੇ ਦਿਆਂਗੇ। ਪਰ ਇਹ ਗੱਲ ਸਾਨੂੰ ਵੀ ਪਤਾ ਸੀਗਾ ਵੀ ਇਸ ਤਰ੍ਹਾਂ ਇਹਨਾਂ ਨੇ ਸਾਨੂੰ ਬੰਦਾ ਨਹੀਂ ਦੇਣਾ। ਇਸ ਦੇ ਮਗਰ ਬਹੁਤ ਵੱਡਾ ਇਸ਼ੂ ਸੀਗਾ, ਹਜ਼ਾਰਾਂ ਨੌਜਵਾਨ ਲੋਕਾਂ ਦੀਆਂ ਲਾਸ਼ਾਂ ਦੀ ਗੱਲ ਸੀ, ਹਜ਼ਾਰਾਂ ਜਵਾਨੀਆਂ, ਪੂਰੀ ਸਿੱਖ ਕੌਮ ਦਾ ਜੋ ਨਸਲਕੁਸ਼ੀ ਹੋਈ ਸੀ, ਸਾਰੀ ਕਹਾਣੀ ਇਸ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਪਿੱਛੇ ਲੁਕੀ ਹੋਈ ਸੀਗੀ, ਉਜਾਗਰ ਨਹੀਂ ਸੀ ਹੋਈ ਉਹਨਾਂ ਦਿਨਾਂ ਵਿੱਚ। ਪਤਾ ਨਹੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਆਪਣੇ ਸਟੈਂਡ ਤੋਂ ਇੱਕ ਵੀ ਭੋਰਾ ਵੀ ਪਾਸੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਗਏ, ਤੇ ਅਸੀਂ ਇਸ ਕੇਸ ਨੂੰ ਇਸ ਕਰਕੇ ਦੁਨੀਆਂ ਦੇ ਸਾਹਮਣੇ ਰੱਖਿਆ ਛੇਤੀ ਤੋਂ। ਅਸੀਂ ਪਹਿਲੀ ਐਫੀਡੇਵਿਟ ਦੇ ਵਿੱਚ ਹੀ ਇਹ ਸੁਪਰੀਮ ਕੋਰਟ ਨੂੰ ਲਾ ਦਿੱਤਾ ਸੀ ਕਿ ਇਹ ਲਿਸਟ ਹੈ 2097 ਲੋਕਾਂ ਦੀ, ਸਿਰਫ 3 ਜਿਹੜੇ ਸ਼ਮਸ਼ਾਨ ਘਾਟ ਹੈ ਉਹਨਾਂ ਦੀ, ਜਿਹਦੇ ਵਿੱਚ ਇਹਨਾਂ ਲੋਕਾਂ ਨੂੰ ਲਾਵਾਰਸ ਕਿਹਾ ਗਿਆ। ਤਾਂ ਉਸ ਵੇਲੇ ਦੇ ਜੱਜ ਨੇ ਇਹ ਇਨਕੁਆਇਰੀ ਜਿਹੜੀ CBI ਨੂੰ ਦਿੱਤੀ ਕਿ ਇਹ ਪਤਾ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ 3 ਸ਼ਮਸ਼ਾਨ ਘਾਟਾਂ ਦੇ ਵਿੱਚ ਇੰਨੇ ਲੋਕ ਲਾਪਤਾ ਜਾਂ ਲਾਵਾਰਸ ਨੇ। ਤਾਂ ਸਪੈਸ਼ਲ ਇਨਵੈਸਟੀਗੇਸ਼ਨ ਹੋਈ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਆਪਣਾ ਆਫਿਸ ਖੋਲ੍ਹ ਕੇ ਉਹਨਾਂ ਲੋਕਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਔਰ ਉਹਨਾਂ ਨੂੰ ਸਹੀ ਸਾਬਿਤ ਕੀਤਾ ਕਿ ਠੀਕ ਪੰਜਾਬ ਦੇ ਵਿੱਚ 300-400 ਲੱਕੜ ਲੈਣ ਦੀ ਖਾਤਰ ਇੱਕ ਬੰਦੇ ਦਾ ਰਿਕਾਰਡ ਜਿਹੜਾ ਬਣਾਇਆ ਗਿਆ ਹੈ, ਉਹ 297 ਲੋਕ ਹੈ ਜਿਹੜੇ ਉਹ ਘਰਾਂ ਚੋਂ ਸੱਚਮੁੱਚ ਹੀ ਲਾਪਤਾ ਹੈ। ਹਾਂਜੀ, ਇਸ ਤਰ੍ਹਾਂ ਕਹਾਣੀ ਚੱਲਦੀ ਗਈ। ਕੇਸ ਜਿਹੜਾ ਸਾਡਾ ਅਬਡਕਸ਼ਨ ਦਾ ਕੇਸ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦਾ, ਹੌਲੀ ਹੌਲੀ ਇਹ 3 ਸਾਲ ਬਾਅਦ ਗਵਾਹ ਸਾਹਮਣੇ ਆਇਆ, ਜਿਹਨੇ ਉਹਨਾਂ ਦੇ ਨੈਟਵਰਕ ਦਾ ਬੰਦਾ ਕੁਲਦੀਪ ਸਿੰਘ ਬਚੜੇ, ਜਿਹਨੇ ਸਾਰੀ ਵਾਰਦਾਤ ਆਪਣੀਆਂ ਅੱਖਾਂ ਨਾਲ ਵੇਖੀ ਸੀ, ਉਹਨੇ CBI ਨੂੰ ਆਪਣੇ ਬਿਆਨ ਰਿਕਾਰਡ ਕਰਾਏ। ਤੇ ਕੋਰਟ ਦੇ ਵਿੱਚ ਜਦੋਂ ਬਿਆਨ ਉਹਦਾ
ਆਇਆ ਤੇ ਸਾਨੂੰ ਵੀ ਮਤਲਬ ਇਸ ਗੱਲ ਦਾ 3 ਸਾਲ ਤਾਂ ਅਸੀਂ ਇਸੇ ਤਰ੍ਹਾਂ ਹੀ ਸੋਚਦੇ ਰਹੇ ਕਿ ਪਤਾ ਨੀ ਕੀ ਬਣਨਾ ਹੈ, ਪਤਾ ਨੀ। ਕਈ ਵਾਰੀ ਲੱਗਦਾ ਸੀਗਾ ਵੀ ਇਹਨਾਂ ਨੂੰ ਰੱਖਿਆ ਹੋਊਗਾ, ਏਡੀ ਛੇਤੀ ਬੰਦੇ ਨਹੀਂ ਮਾਰ ਸਕਦੇ। ਹਾਂਜੀ, ਵਿਸ਼ਵਾਸ ਸੀ ਆਪ ਇੱਕ ਕਾਨੂੰਨ ਤੇ, ਲੱਗਦਾ ਸੀ ਵੀ ਇਹ ਕੋਈ ਗੱਲ ਨੀ ਹੈ ਵੀ ਕੋਈ ਸੱਚ ਬੋਲਣ ਖਾਤਰ ਇੰਨਾ ਵੱਡਾ ਕਾਂਡ ਜਿਹੜਾ ਇਹ ਕਰ ਸਕਦੇ ਹੈ। ਥੋੜੇ ਚਿਰ ਬਾਅਦ ਬਸ 98 ਦੇ ਵਿੱਚ ਇਹਦਾ ਬਿਆਨ ਆ ਗਿਆ ਮਈ ਚ, ਗਲਦੀਪ ਸਿੰਘ ਦਾ ਕੇਸ ਮਰਡਰ ਦੇ ਵਿੱਚ ਕਨਵਰਟ ਹੋ ਗਿਆ ਤੇ ਕੇਸ ਦੇ ਵਿੱਚ ਜਿੰਨੇ ਵੀ ਪੁਲਿਸ ਦੇ ਅਕਿਊਜ਼ਡ ਸੀਗੇ ਕੋਈ ਵੀ ਕਿਸੇ ਨੂੰ ਵੀ ਸਸਪੈਂਡ ਨਹੀਂ ਕੀਤਾ ਗਿਆ, ਸਾਰੇ ਆਪਣੀ ਨੌਕਰੀ ਤੋਂ ਜਾਂਦੇ ਰਹੇ। ਔਰ ਅਸੀਂ 10 ਸਾਲ ਪਟਿਆਲੇ ਸਨ CBI ਕੋਰਟ ਦੇ ਵਿੱਚ ਦਵਾਈਆਂ ਕਰਾਉਣ ਤੇ ਹੀ ਲੱਗ ਗਏ। ਚਲੋ ਪਰਮਾਤਮਾ ਨੇ ਹੌਲੀ ਹੌਲੀ ਸਾਨੂੰ ਬੁੱਧੀ ਬਲ ਬਖਸ਼ਿਆ ਸਾਰੀ ਟੀਮ ਨੂੰ ਤੇ ਅਸੀਂ ਇਸ ਕੇਸ ਨੂੰ 2005 ਦੇ ਵਿੱਚ ਸੈਸ਼ਨ ਕੋਰਟ ਤੋਂ ਥੋੜੀ ਥੋੜੀ ਸਜ਼ਾ ਇਹਨਾਂ ਨੂੰ ਹੋਈ, ਜਿਹਦੇ ਵਿੱਚ 2-3 ਬੰਦਿਆਂ ਨੂੰ, 2 ਨੂੰ ਉਮਰ ਕੈਦ, 3 ਨੂੰ 7-7 ਸਾਲ। ਪਰ ਉਹਨਾਂ ਨੂੰ ਲੱਗਦਾ ਸੀ ਜਿਵੇਂ ਅਸੀਂ ਤਾਂ ਗਵਰਨਮੈਂਟ ਦੇ ਕਹਿਣ ਤੇ ਜਾਂ ਪਤਾ ਨੀ ਕਿਹਦੀ ਕੌਨਸਪੀਰੇਸੀ ਹੈ KPS ਗਿੱਲ ਦੀ, ਉਹਦੇ ਕਰਕੇ ਸਾਰਾ ਕੁਛ ਕੀਤਾ, ਸਾਡਾ ਤਾਂ ਵਾਲ ਵੀ ਵਿੰਗਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਹਾਈਕੋਰਟ ਅਪਰੋਚ ਕੀਤਾ, ਹਾਈਕੋਰਟ ਚ ਸਰਕਾਰ ਆਉਂਦਿਆਂ ਹੀ ਉਹਨੇ ਮਤਲਬ ਬਾਦਲ ਸਾਹਿਬ ਦੀ ਤਾਂ ਕੇਸ ਖੁੱਲ ਗਿਆ ਹਾਈਕੋਰਟ ਦੇ ਵਿੱਚ, ਪਰ ਹਾਈਕੋਰਟ ਇਹ ਕੇਸ ਜਿਹੜਾ ਬਹੁਤ ਹਾਈਲਾਈਟ ਸੀ ਤੇ ਜੱਜ ਨੇ ਜਿਹੜਾ ਫੈਸਲਾ ਉਹ ਸਾਡੇ ਹੱਕ ਵਿੱਚ ਦਿੱਤਾ, ਸਾਰਿਆਂ ਲੋਕਾਂ ਦੀ ਜਿਹੜੀ ਸਜ਼ਾ ਸੀ ਉਹਨਾਂ ਨੂੰ ਕਨਵਰਟ ਕਰਤਾ ਉਮਰ ਕੈਦ ਦੇ ਵਿੱਚ। ਤੇ ਫਿਰ ਉਹਨਾਂ ਨੇ ਸੁਪਰੀਮ ਕੋਰਟ ਅਪਰੋਚ ਕੀਤਾ, ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਸਜ਼ਾ ਇਹ 2011 ਦੇ ਵਿੱਚ ਫਾਈਨਲ ਹੋਇਆ ਕੇਸ, ਉੱਥੇ ਵੀ ਜਿਹੜੀ ਸਜ਼ਾ ਉਹ ਸਟੈਲ ਓਨੀ ਹੀ ਰਹੀ, ਪੈਂਡਿੰਗ ਰਹੀ, ਅੱਜ ਉਹ ਸਾਰੇ ਬੰਦੇ ਜੇਲ੍ਹ ਚ। ਸਰਦਾਰ ਜਸਵੰਤ ਸਿੰਘ ਦੀ ਬਰੀਫ ਜਿਵੇਂ ਕਹਿ ਸਕਦੇ ਹਾਂ ਇਹ ਆ, ਪਰ ਜਿਹੜੇ ਤੱਥ ਸਰਦਾਰ ਜਸਵੰਤ ਸਿੰਘ ਖਾਲੜਾ ਨੇ 1996 ਦੇ ਸਿਰਫ ਤੇ ਸਿਰਫ 3 ਸ਼ਮਸ਼ਾਨ ਘਾਟਾਂ ਦੇ ਕੱਢੇ, ਅੱਜ ਦੀ ਡੇਟ ਦੇ ਵਿੱਚ ਵੀ ਉਹ ਲੋਕ ਤਾਂ ਕੰਪਨਸੇਟ ਹੋਏ ਕਿਉਂਕਿ ਕੋਰਟ ਦੇ ਧਿਆਨ ਵਿੱਚ ਆਇਆ। ਇਹਦੇ ਵਿੱਚ ਸੁਪਰੀਮ ਕੋਰਟ ਨੇ ਕੰਪਨਸੇਸ਼ਨ ਲਈ ਨੈਸ਼ਨਲ ਹਿਊਮਨ ਰਾਈਟਸ ਨੂੰ ਆਰਡਰ ਕੀਤੇ ਸੀ, ਪਰ ਕੇਸ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚੱਲਣਾ ਸੀ। ਬਹੁਤ ਵੱਡੀ ਬੇਈਮਾਨੀ ਦੇ ਨਾਲ ਪੰਜਾਬ ਦੇ ਵਿੱਚ ਇਸ ਕੇਸ ਨੂੰ ਸਿਰਫ ਇੰਨੇ ਕੁ ਦਾਇਰੇ ਵਿੱਚ ਰੱਖਿਆ ਜਾ ਰਿਹਾ ਕਿ ਜਿਹੜੇ ਸਰਦਾਰ ਜਸਵੰਤ ਸਿੰਘ ਨੇ ਗੱਲ ਕੀਤੀ ਆ ਉਹਨਾਂ ਦੇ ਹੀ ਕੰਪਨਸੇਟ ਹੋਣਾ। ਕੇਸ ਸਟਿਲ ਪੈਂਡਿੰਗ ਹੈ, ਪਰ ਕੋਈ ਵੀ ਕਈ ਫੈਸਲੇ ਆਏ ਆ, ਗੁਜਰਾਤ ਵਿੱਚ ਆਏ ਆ, ਹੋਰ ਕਈਆਂ ਚ ਕਮਿਸ਼ਨ ਬੈਠੇ ਆ, ਉਹਨਾਂ ਦੇ ਵਿੱਚ ਇਹ ਆਇਆ ਹੈ ਕਿ ਜੋ 10 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਹੈ ਉਹਨਾਂ ਦੀ ਗੱਲ ਕੀਤੀ ਜਾਊਗੀ, ਪਰ ਪੰਜਾਬ ਦਾ ਜਿਹੜਾ ਕੇਸ ਹੈ ਉਹ 20-25 ਸਾਲ ਪੁਰਾਣਾ। ਤੇ ਦੂਜੀ ਮੈਨੂੰ ਤਾਂ ਲੱਗਦਾ ਵੀ ਜਿਵੇਂ ਇੰਨੀ ਡਿਸਕ੍ਰਿਮੀਨੇਸ਼ਨ, ਜਿਵੇਂ ਹੁਣ 84 ਦੇ ਫੈਸਲੇ ਆ ਜੋ 84 ਨਵੰਬਰ ਦਿੱਲੀ ਦੇ ਵਿੱਚ ਇੰਨੇ ਕਤਲੇਆਮ ਹੋਇਆ, ਪੰਜਾਬ ਦੇ ਵਿੱਚ ਐਡਾ ਵੱਡਾ ਮਤਲਬ ਜਵਾਨੀ ਦਾ ਕਾਂਡ ਹੋਇਆ 10 ਸਾਲਾਂ ਦੇ ਵਿੱਚ, ਸਾਡਾ 25,000 ਨੌਜਵਾਨ ਚੱਕ ਕੇ ਲਾਪਤਾ ਕਰ ਦੇਣਾ, ਕੌਮ ਨਾਲ ਸਿੱਧੀ ਗਦਾਰੀ, ਨਸਲਕਸ਼ੀ ਹੈ। ਤੇ ਇੱਕ ਜਿਵੇਂ ਜਨਰੇਸ਼ਨ ਹੈ ਉਹ ਪੂਰਾ ਇੱਕ ਗੈਪ ਪੈ ਗਿਆ ਵੀ 10 ਸਾਲਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ 80-80 ਬੱਚੇ ਜਿਹੜੇ ਚੱਕ ਕੇ, ਸਾਰੇ ਜਿਹੜੇ ਬੱਚੇ ਆ ਇਹ ਸਾਡੇ ਰਿਕਾਰਡ ਚ ਹੈ ਵੀ ਜਿੰਨੇ ਬੱਚੇ 18 ਸਾਲ ਤੋਂ ਲੈ ਕੇ 35 ਸਾਲ ਤੱਕ, ਬਹੁਤ ਜ਼ਿਆਦਾ ਹੈ, ਕੋਈ ਜਿਹੜਾ ਬੰਦਾ ਹੈ ਉਹ ਇਸ ਤੋਂ ਵੱਡੀ ਉਮਰ ਦਾ।
ਕੁਛ ਬੱਚੇ ਵੀ ਇਹਨਾਂ ਨੇ 13-13 ਸਾਲ ਦੇ ਵੀ ਚੱਕ ਕੇ ਇਨਾਮ ਲੈਣ ਲਈ ਜਾਂ ਤਰੱਕੀਆਂ ਲੈਣ ਲਈ ਕੀਤਾ। ਤੇ ਇਹ ਮਤਲਬ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸੀ ਆ, ਹੁਣ ਤੁਸੀਂ ਜੋ ਵੀ ਕੁਸਚਨ ਮੇਰੇ ਕੋਲੋਂ ਪੁੱਛੋਗੇ ਉਹ ਮੈਂ ਦੱਸ ਸਕਦੀ ਹਾਂ ਤੁਹਾਨੂੰ। ਇਹਦੀ ਪ੍ਰੋਗਰੈਸ ਇਹ ਆ ਵੀ ਹੌਲੀ ਹੌਲੀ ਕੰਪਨਸੇਟ ਕਰ ਰਹੀ ਹੈ। ਹਾਂਜੀ, ਪਹਿਲਾਂ ਤਾਂ ਇਕਦਮ ਜਿਹੜਾ 1200-1300 ਬੰਦੇ ਨੂੰ ਇਹਨਾਂ ਨੇ ਕੰਪਨਸੇਟ ਕੀਤਾ, ਹੁਣ ਅੱਜ ਦੀ ਡੇਟ ਵਿੱਚ 500-600 ਲਾਸ਼ਾਂ ਇਹਨਾਂ ਕੋਲ ਹੈਗੀਆਂ। ਮੰਨਦੀ ਆ ਕੋਰਟ ਕੇ ਸਾਡੇ ਕੋਲ ਲਾਸ਼ਾਂ ਤੇ ਹੈਗੀਆਂ, ਪਰ ਆਈਡੈਂਟੀਫਿਕੇਸ਼ਨ ਪਰਿਵਾਰ ਕਰਾਉਣ। ਹਾਂਜੀ ਹਾਂਜੀ ਜੀ, ਪਰਿਵਾਰਾਂ ਦੀ ਇਹ ਹਾਲਤ ਹੈ ਕਿ ਪਰਿਵਾਰਾਂ ਨੂੰ ਤੇ ਐਕਚੁਅਲ ਡੇਟ ਵੀ ਨਹੀਂ ਪਤਾ ਜੀ ਵੀ ਕਦੋਂ ਸਾਡੇ ਬੰਦੇ ਨੂੰ ਇਹ ਪਤਾ, ਵੀ ਇਹ ਵੀ ਨੀ ਪਤਾ ਕਈ ਦਿਨ ਕਈਆਂ ਨੂੰ ਕਿੱਥੋਂ ਚੱਕਿਆ। ਕਈਆਂ ਨੂੰ ਤਾਂ ਘਰਾਂ ਵਿੱਚੋਂ ਚੱਕਿਆ, ਉਹ ਵੀ ਗਰੀਬ ਪਰਿਵਾਰ ਹੈ, ਅਨਪੜ੍ਹ ਹੈ, ਦੁੱਖ ਦੇ ਮਾਰੇ ਹੈ, ਉਹਨਾਂ ਨੂੰ ਸਹੀ ਡੇਟਾਂ ਜਾਂ ਉਹਨਾਂ ਕੋਲ ਕੋਈ ਇਹੋ ਜਿਹਾ ਡਾਕੂਮੈਂਟ ਨਹੀਂ ਹੈ। ਜਿੰਨੇ ਕੁ ਅਸੀਂ ਕਰ ਸਕੇ ਵੀ ਜਿੰਨੇ ਕੁ ਇਹਨਾਂ ਨੇ ਇਨਾਮ ਲੈਣ ਲਈ ਜਾਂ ਅਖਬਾਰਾਂ ਵਿੱਚ ਆਏ ਉਹ ਸਾਰੀਆਂ ਕਟਿੰਗ ਕੱਢ ਕੇ ਇੱਕ ਚੇਨ ਬਣਾ ਕੇ ਉਹਦਾ ਫਿਰ ਅਸੀਂ ਪੋਸਟਮਾਰਟਮ ਰਿਪੋਰਟ ਕਢਾ ਕੇ FIR ਕਢਾ ਕੇ ਉਹ ਇੱਕ ਚੇਨ ਬਣ ਗਈ, ਉਹਦੇ ਨਾਲ ਉਹਨਾਂ ਨੂੰ ਕੰਪਨਸੇਟ ਹੋ ਗਿਆ ਜੀ। ਪਰ ਹੁਣ ਪਤਾ ਨਹੀਂ ਇਹ ਸਾਡੀ ਸਿੱਖ ਗੌਮ ਦੀਆਂ ਕਮੀਆਂ ਤੇ ਪਤਾ ਨਹੀਂ ਉਹਨਾਂ ਦੀ ਇੱਕ ਪਾਲਿਸੀ ਹੈ ਸੈਂਟਰ ਦੀ ਜਾਂ ਵੀ ਇਹਨਾਂ ਨੂੰ ਉਹਨਾਂ ਕੀ ਗਿਆਨ ਦਿਓ ਜਿੰਨੇ ਕੁ ਬਿਨਾਂ ਸਰਦਾ ਨਹੀਂ ਹੈ ਜੀ ਬਿਲਕੁਲ। ਤੇ ਬੀਬੀ ਜੀ ਤੁਸੀਂ ਅੱਜ ਦੀ ਡੇਟ ਦੇ ਵਿੱਚ ਸਿੱਖ ਕੌਮ ਮੈਨੂੰ ਲੱਗਦਾ ਵੀ ਕੰਪਨਸੇਟ ਲੈਣ ਲਈ ਨਹੀਂ ਕੰਮ ਕਰਦੇ, ਅਸੀਂ ਵੀ ਸੋਚਦੇ ਹਾਂ ਵੀ ਕੰਪਨਸੇਟ ਲੈਣ ਲਈ ਨਹੀਂ। ਹਾਂਜੀ, ਅਕਾਊਂਟੇਬਿਲਟੀ ਕਿਸ ਉੱਤੇ ਜ਼ਿੰਮੇਵਾਰੀ ਪਾਈ ਜਾਵੇ, ਕਿਹਨੇ ਇਹ ਸਾਰਾ ਜਿਹੜਾ ਪੰਜਾਬ ਦੇ ਵਿੱਚ ਐਡਾ ਵੱਡਾ ਜਿਹੜਾ ਕਾਂਡ ਹੈ ਉਹ ਕਰਵਾਇਆ ਜੀ ਬਿਲਕੁਲ। ਕਿਉਂਕਿ ਉਹ ਕਹਿੰਦਾ ਵੀ ਮੈਨੂੰ ਬੇਅੰਤ ਸਿੰਘ ਨੇ ਇੰਨੇ ਅਧਿਕਾਰ ਦਿੱਤੇ ਸੀਗੇ ਵੀ ਮੈਨੂੰ ਕੋਈ ਪੁੱਛ ਨਹੀਂ ਸਕਦਾ। ਫਾਰ ਐਗਜ਼ਾਮਪਲ ਜਦੋਂ ਸਰਦਾਰ ਜਸਵੰਤ ਸਿੰਘ ਨੂੰ ਚੱਕਿਆ ਗਿਆ ਹੈ ਜੀ, ਤੇ ਅਜੀਤ ਸਿੰਘ ਸੰਧੂ SSP ਸੀ ਉਸ ਵੇਲੇ ਤਰਨ ਤਾਰਨ ਦਾ ਜੀ, CM ਉਸ ਵੇਲੇ ਬੇਅੰਤ ਸਿੰਘ ਦਾ ਮਰਡਰ ਹੋ ਗਿਆ ਤੇ ਹਰਚਰਨ ਸਿੰਘ ਬਰਾੜ ਜਿਹੜਾ ਉਹ CM ਹੋ ਗਿਆ। ਤੇ ਉਹਨੇ ਸਾਡੀ ਨੌਲੇਜ ਦੇ ਵਿੱਚ ਇਹ ਹੈ ਵੀ ਉਹਨੇ ਇਹਨੂੰ ਬੁਲਾਇਆ, ਅਜੀਤ ਸਿੰਘ ਸੰਧੂ ਨੂੰ ਬੁਲਾਇਆ, ਨਾ ਕਿ KPS ਗਿੱਲ ਨੂੰ, ਕਿਉਂਕਿ ਬਾਈ ਨੇ ਉਹਦੇ ਤੇ ਆ ਰਿਹਾ ਸੀ। ਤਾਂ ਇਹਨੇ KPS ਗਿੱਲ ਨੇ ਉਹਨੂੰ ਪੇਸ਼ ਨਹੀਂ ਹੋਣ ਦਿੱਤਾ ਤੇ ਜਦੋਂ ਫਿਰ ਉਹਦਾ ਮਰਡਰ ਹੋ ਗਿਆ ਤੇ ਫਿਰ ਉਸ ਤੋਂ ਬਾਅਦ KPS ਗਿੱਲ ਨੂੰ ਉਹਨੇ ਸਸਪੈਂਡ ਕੀਤਾ। ਉਹ ਟਰਮ ਹੋਰ ਚਾਹੁੰਦਾ ਸੀਗਾ, ਮਤਲਬ ਕਿ ਉਹਦੀ ਪੂਰੀ ਹੋ ਗਈ ਸੀਗੀ ਜੋਬ, ਉਹ ਹੋਰ ਐਕਸਟੈਂਸ਼ਨ ਚਾਹੁੰਦਾ ਸੀ, ਪਰ ਉਹਨੇ ਉਹਨੂੰ ਛੁੱਟੀ ਕਰਕੇ ਤੇ ਫਿਰ ਅਜੀਤ ਸਿੰਘ ਸੰਧੂ ਜਿਹੜਾ ਉਹ ਪੇਸ਼ ਹੋਇਆ। ਮਤਲਬ ਕਿ ਇੰਨੀ ਉਸ ਵੇਲੇ KPS ਗਿੱਲ ਦੀ ਚੱਲਦੀ ਸੀ। ਅੱਜ ਵੀ ਤੁਸੀਂ ਵੇਖਦੇ ਹੋ ਉਹਨੂੰ ਸਪੈਸ਼ਲ ਸਮਝਦੇ ਆ ਵੀ ਇਹਨੇ ਸ਼ਾਂਤੀ ਬਣਾਈ ਹੈ, ਇਹਨੂੰ ਸਪੈਸ਼ਲ ਸਲਾਹਕਾਰ ਵਜੋਂ ਕਿਤੇ ਨਾ ਕਿਤੇ ਭੇਜਿਆ ਜਾਂਦਾ ਰਿਹਾ ਹੈ, ਪਰ ਸਾਰੇ ਲੋਕਾਂ ਨੂੰ ਪਤਾ ਹੈ ਵੀ ਅਸਲੀਅਤ ਕੀ ਹੈ। ਹਾਂ, ਜਿਹੜੀ ਤੁਸੀਂ ਕਹਿੰਦੇ ਵੀ ਇਹ ਬਚ ਕਿਵੇਂ ਗਿਆ, ਇਹ ਬਚਿਆ ਤਾਂ ਨਹੀਂ ਆ। ਕਈ ਵਾਰੀ ਹੁੰਦਾ, ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੇ ਇੱਕ ਪ੍ਰੈਸ ਨੋਟ ਦੇ ਵਿੱਚ ਕਿਹਾ ਸੀਗਾ ਕਿ ਮੈਂ ਵੀ ਦੁਨਿਆਵੀ ਅਦਾਲਤਾਂ ਤੋਂ ਇਲਾਵਾ
ਇੱਕ ਲੋਕ ਕਚਹਿਰੀ ਹੁੰਦੀ ਆ, ਮੈਂ ਉਹਦੇ ਵਿੱਚ ਵੀ ਜਾਣਾ ਪਸੰਦ ਕਰੂੰਗਾ ਤੇ ਮੈਂ ਜੇ ਮੈਨੂੰ ਲੋੜ ਪਈ, ਜੇ ਮੈਨੂੰ ਆਪਣੀ ਕੁਰਬਾਨੀ ਕਰਨੀ ਪਈ ਤੇ ਮੈਂ ਕਿਸੇ ਦੀਆਂ ਲੇਹੜੀਆਂ ਕੱਢਣ ਨਾਲੋਂ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਜਾਣਾ ਪਸੰਦ ਕਰੂੰਗਾ। ਇਹ ਉਹਨਾਂ ਨੇ ਆਪਣੇ 21 ਫਰਵਰੀ ਦਾ ਉਹਨਾਂ ਦਾ ਪ੍ਰੈਸ ਨੋਟ ਆ ਜਿਹੜਾ ਸਾਰੇ ਅਖਬਾਰਾਂ ਦੇ ਵਿੱਚ ਆਇਆ ਤੇ ਉਹਨਾਂ ਨੇ ਕਿਹਾ ਵੀ ਜੇ ਮੇਰੇ ਨਾਲ ਵੀ ਇੰਜ ਹੁੰਦਾ ਤੇ ਮੇਰੀ ਮੌਤ ਦੇ ਜ਼ਿੰਮੇਵਾਰ KPS ਗਿੱਲ ਤੇ ਬੇਅੰਤ ਸਿੰਘ ਹੋਣਗੇ, ਵੀ ਹੋਰ ਕਿਸੇ ਤੇ ਜ਼ਿੰਮੇਵਾਰੀ ਨਾ ਪਾਈ ਜਾਵੇ। ਇਹ ਸਾਰੀਆਂ ਗੱਲਾਂ ਸਾਨੂੰ ਜਿੱਥੋਂ ਤੱਕ ਅਸੀਂ ਕੋਰਟ ਦੇ ਵਿੱਚ 2006 ਚ ਅਸੀਂ ਸਪਲੀਮੈਂਟਰੀ ਜਿਹੜੀ ਹੈ ਉਹ ਫਾਈਲ ਕੀਤੀ ਹੋਈ ਹੈ ਹਾਈ ਕੋਰਟ ਦੇ ਵਿੱਚ ਬਾਏ ਨੇਮ ਇਹਦੇ ਉੱਤੇ KPS ਗਿੱਲ ਦੀ, ਔਰ ਕੇਸ ਦੀ ਇਹ ਪੋਜੀਸ਼ਨ ਆ ਕਿ 6 ਮਹੀਨੇ ਬਾਅਦ ਪੀੜ ਪੈਂਦੀ ਆ ਔਰ ਜੱਜ ਕਹਿੰਦਾ ਵੀ ਮੈਂ ਕੇਸ ਨਹੀਂ ਲੈਣਾ, ਕਿਸੇ ਹੋਰ ਜੱਜ ਨੂੰ ਦੇ ਦਿਓ, ਕੋਈ ਨਾ ਕੋਈ ਬਹਾਨਾ ਬਣਾ ਕੇ ਇਹਨੂੰ ਧਮਕਾਇਆ ਜਾ ਰਿਹਾ ਤੇ ਹਲੇ ਇਹ ਕੇਸ ਜਿਹੜਾ ਹੈ ਉਹਨੇ ਆਪਣਾ ਵਕੀਲ ਵੀ ਕੀਤਾ ਔਰ ਉਹਨੇ ਆਪਣਾ ਇਹ ਵੀ ਉਹਨੇ ਉੱਥੇ ਆਪਣਾ ਐਫੀਡੇਵਿਟ ਫਾਈਲ ਕੀਤਾ ਕਿ ਮੈਂ ਇਹ ਕੰਮ ਨਹੀਂ ਕੀਤਾ, ਮੇਰੇ ਕੁਲੀਗਸ ਨੇ ਕੀਤਾ ਹੋ ਸਕਦਾ, ਮੇਰੇ ਸਬਆਰਡੀਨੇਟਸ ਨੇ ਕੀਤਾ ਹੋ ਸਕਦਾ, ਮਤਲਬ ਇੱਥੋਂ ਤੱਕ ਇਹ ਜਿਹੜੀ ਗੱਲ ਹੈ। ਬਾਕੀ ਉਹ ਕੇਸ ਹਜੇ ਤੱਕ ਚੱਲ ਰਿਹਾ ਕਿ ਕੋਰਟ ਦੇ ਵਿੱਚ ਚੱਲ ਰਿਹਾ ਕਿ ਖਤਮ ਹੋ ਗਿਆ? ਹਾਂਜੀ, ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਤਾਂ ਬੀਬੀ ਜੀ, ਇਥੇ ਮੈਂ ਦੱਸਣਾ ਚਾਹ ਰਹੀ ਕਿ ਸਾਡੇ ਕੋਲ 5 ਮਿੰਟ ਰਹਿ ਗਏ ਨੇ, ਸਾਡੇ ਕੋਲ ਇੱਕ ਹੋਰ ਸਵਾਲ ਬਹੁਤ ਇੰਪੋਰਟੈਂਟ ਤੁਹਾਨੂੰ ਪੁੱਛਣਾ ਹੈ, ਪਰ ਜਿਹੜਾ ਕੇਸ ਦੀ ਅਪਡੇਟਸ ਹੈ ਤੁਹਾਨੂੰ ਅਸੀਂ ਤੁਹਾਨੂੰ ਫਿਰ ਤੋਂ ਅਸੀਂ TV84 ਦੇ ਸੰਗਤਾਂ ਦੇ ਸਾਹਮਣੇ ਰੂਬਰੂ ਕਰਾਵਾਂਗੇ ਅਤੇ ਇਸ ਕੇਸ ਦੇ ਉੱਪਰ ਵੀ ਅਪਡੇਟਸ ਲਵਾਂਗੇ। ਪਰ ਸਾਡਾ ਅਗਲਾ ਕੁਐਸਚਨ ਇਹ ਹੈ ਕਿ ਜਿਹੜੇ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਭੇਦ ਖੋਲ੍ਹੇ ਗਏ ਨੇ ਕਿ ਉਸਨੇ 23 ਪੁਲਿਸ ਮੁਕਾਬਲਿਆਂ ਦੇ ਵਿੱਚ 83 ਤੋਂ ਜ਼ਿਆਦਾ ਸਿੱਖ ਨੌਜਵਾਨ, ਬੇਗੁਨਾਹ ਸਿੱਖ ਨੌਜਵਾਨ ਮਾਰੇ ਅਤੇ ਉਸਨੇ ਹੁਣ ਇਹ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੋਈ ਹੈ ਅਤੇ ਅਦਾਲਤ ਵੱਲੋਂ ਇਹ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਤੁਸੀਂ ਇਸ ਕੇਸ ਨੂੰ ਕਿਵੇਂ ਵੇਖਦੇ ਹੋ? ਹਾਂਜੀ, ਮੈਂ ਇਸ ਕੇਸ ਨੂੰ ਇੱਕ ਚੰਗੇ ਸੰਭਾਵਨਾ ਨਾਲ ਦੇਖਦੀ ਹਾਂ ਕਿਉਂਕਿ ਅਸੀਂ ਬਹੁਤ ਚਿਰ ਤੋਂ ਇਹ ਸੋਚਦੇ ਹਾਂ ਵੀ ਕਿਉਂ ਕਿਸੇ ਦੀ ਕੋਈ ਜ਼ਮੀਰ ਨਹੀਂ ਜਾਗਦੀ, ਕਿਉਂ ਕਿਸੇ ਨੂੰ ਇਹ ਜਿਹੜੀਆਂ ਰੂਹਾਂ ਹੈ ਜਿਹੜੀਆਂ ਇੰਨੀਆਂ ਪਵਿੱਤਰ ਰੂਹਾਂ ਸੀ ਜਿਹਨਾਂ ਨੂੰ ਇਹਨਾਂ ਨੇ ਮਾਰਿਆ, ਕਿਉਂ ਇਹਨਾਂ ਨੂੰ ਸਤਾਉਂਦੀਆਂ ਨਹੀਂ ਹੈ, ਕਿਉਂ ਇਹਨਾਂ ਦੀ ਜ਼ਮੀਰ ਨਹੀਂ ਜਾਗਦੀ? ਬੇਸ਼ੱਕ ਮੈਂ ਹਜੇ ਸਾਨੂੰ ਥੋੜਾ ਜਿਹਾ ਵੇਟ ਐਂਡ ਵਾਚ ਕਰਨਾ ਪੈਣਾ ਸੁਰਜੀਤ ਸਿੰਘ ਬਾਰੇ, ਪਰ ਜਿਹੜਾ ਬਿਆਨ ਉਹਨੇ ਇਕਬਾਲੀ ਦਾ ਬਿਆਨ ਦਿੱਤਾ ਹੈ ਔਰ ਲੋਕ ਹੈ ਜਿਹੜੇ ਉਹ ਮੇਰੇ ਤੱਕ ਹੁਣ ਅਪਰੋਚ ਕਰ ਰਹੇ ਆ ਵੀ ਇਸੇ ਸੁਰਜੀਤ ਸਿੰਘ ਨੇ ਸਾਡਾ ਜਿਹੜਾ ਬੰਦਾ ਜਿਵੇਂ TV ਤੇ ਵੀ ਆ ਰਿਹਾ ਵੀ ਇਸ ਸੁਰਜੀਤ ਸਿੰਘ ਦਾ ਨਾਂ ਪਿੱਛੇ ਬੋਲਦਾ ਤੇ TV ਵਾਲੇ ਵੀ ਡੇ ਐਂਡ ਨਾਈਟ ਵਾਲੇ NDTV ਵਾਲੇ ਸਾਰੇ ਜਾਣੀ ਇਹ ਕੱਢ ਰਹੇ ਆ। ਠੀਕ ਹੈ, ਜੇ ਉਹਦੀ ਜ਼ਮੀਰ ਜਾਗੀ ਹੈ ਤੇ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਦਾ ਸ਼ੁਕਰ ਹੈ, ਜੇ ਦੁਨਿਆਵੀ ਅਦਾਲਤਾਂ ਸਾਨੂੰ ਨਹੀਂ ਦਿੰਦੀਆਂ ਪਰ ਲੋਕ ਜਿਹੜਾ ਇਤਿਹਾਸ ਹੈ ਉਹ ਤੇ ਸਾਨੂੰ ਸਾਹਮਣੇ ਆ ਰਿਹਾ ਹੈ ਨਾ ਇਸ ਗੱਲ 'ਚ ਵੀ ਸੁਰਜੀਤ ਸਿੰਘ ਵਰਗੇ ਹੋਰ ਵੀ ਅਸੀਂ ਤਾਂ ਕਹਿੰਦੇ ਅੱਗੇ ਆਉਣ ਤੇ ਸੱਚ ਨੂੰ ਦੱਸਣ ਵੀ ਸਾਡੇ ਜਿਹੜੇ ਲੋਕ ਆ ਉਹ ਕਿਵੇਂ ਮਾਰੇ ਗਏ ਆ। ਡੇਰੀਵਾਲ ਦੇ 4 ਕੇਸ ਆ ਇੱਕੋ ਪਰਿਵਾਰ ਦੇ, ਉਹਨਾਂ ਦੀ ਇੰਟਰਵਿਊ ਮੈਂ ਕੱਲ੍ਹ ਸੁਣੀ ਆ TV ਤੇ NDTV ਤੇ ਵੀ ਤੇ ਡੇ ਐਂਡ ਨਾਈਟ ਵਾਲਿਆਂ ਨੇ ਵੀ ਉਹਨਾਂ ਦੀ ਇੰਟਰਵਿਊ ਕੀਤੀ ਆ। ਹਜ਼ਾਰਾਂ ਇਹੋ ਜਿਹੇ ਮੁਲਜ਼ਮ ਜਿਹੜੇ ਆਪਣੀ ਦਿਮਾਗ ਤੇ ਬੋਝ ਲਈ ਫਿਰਦੇ ਆ ਵੀ ਅਸੀਂ ਇੰਨੇ ਮੁੰਡਿਆਂ ਨੂੰ ਮਾਰਿਆ। ਮੈਂ ਉਹਨਾਂ ਨੂੰ ਅਪੀਲ ਹੀ ਕਰਦੀ ਹਾਂ ਕਿ ਜੇ ਉਹ ਸੱਚ ਨੂੰ ਜੇ ਦੁਨਿਆਵੀ ਕੋਰਟਾਂ ਸਾਡੀ ਗੱਲ ਨਹੀਂ ਸੁਣਦੀਆਂ ਤੇ ਆਪਣੇ ਆਪ ਅੱਗੇ ਆ ਕੇ ਲੋਕਾਂ ਤੋਂ ਖਿਮਾ ਜਾਚਨਾ ਕਰ ਲੈਣ, ਕੌਮ ਤੋਂ ਕੌਮ ਨੂੰ ਦੱਸ ਦੇਣ। ਇੱਕ ਬਹੁਤ ਵੱਡੀ ਗੱਲ ਹੈ ਇਤਿਹਾਸ ਦੇ ਵਿੱਚ ਤੇ ਇਹ ਗੱਲ ਬਹੁਤ ਵੱਡੀ ਮਾਇਨੇ ਰਖਾਊਗੀ। ਬਾਕੀ ਜਿਹੜੀ ਹਾਈ ਕੋਰਟ ਨੇ ਉਹਦੀ ਸਿਕਿਉਰਿਟੀ ਵੀ ਜਿਹੜੀ ਉਹ ਕੀਤੀ ਆ, ਰਿਜੈਕਟ ਕੀਤੀ ਆ, ਹੁਣ ਉਹਦੇ ਤੇ
ਕਿਸੇ ਨੇ ਕੱਲ ਹੋਰ ਪਟੀਸ਼ਨ ਪਾਈ ਹੈ ਜਲੰਧਰ ਤੋਂ ਕਿ ਇਹਨੂੰ ਅਕਬਾਲੀਆ ਬਿਆਨ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਵੇ, ਹਜੇ ਕੇਸ ਦਾ ਮੂੰਹ ਸਿਰ ਬਣੂਗਾ ਜੇ ਇਹਨੂੰ ਗ੍ਰਿਫਤਾਰ ਵੀ ਕਰਦੇ ਆ ਤਾਂ ਵੀ ਸੱਚ ਤਾਂ ਸੱਚ ਹੀ ਰਹਿਣਾ। ਜਦੋਂ ਆਪਣੇ ਮੂੰਹ ਕਹਿੰਦਾ ਵੀ ਮੈਂ ਇੱਕ ਬੰਦਾ ਇੱਕ ਪੀਰੀਅਡ ਦੇ ਵਿੱਚ ਇੰਨੇ ਬੰਦੇ ਮਾਰੇ ਆ, ਉਸ ਵੇਲੇ ਵੀ ਇਹਦਾ ਲਾਲਚ ਸੀ। ਅੱਜ ਅਸੀਂ ਕਹਿ ਸਕਦੇ ਹਾਂ ਜੀ ਇਹਦੀ ਜ਼ਮੀਰ ਜਾਗੀ ਆ ਤੇ ਜਾਂ ਇਹਨੂੰ ਕੋਈ ਪ੍ਰੋਬਲਮ ਮਾਨਸਿਕ ਤੌਰ ਤੇ ਬੰਦਾ ਪਰੇਸ਼ਾਨ ਹੁੰਦਾ ਵੀ ਮੈਂ ਇੰਨਾ ਕੁਛ ਕੀਤਾ ਜੀ। ਉਹ ਹੋਰ ਅਫਸਰਾਂ ਦੇ ਨਾਂ ਵੀ ਲਈ ਜਾਂਦਾ, ਚਾਹੀਦਾ ਤਾਂ ਹੈ ਕੋਰਟਾਂ ਨੂੰ ਵੀ ਸੋ ਮੋਟੋ ਲਵੇ ਤੇ ਸੋ ਮੋਟੋ ਕਰਕੇ ਇਸ ਕੇਸ ਨੂੰ ਖੋਲੇ, ਸੀ ਬੀ ਆਈ ਇਨਕੁਆਇਰੀ ਹੋਵੇ। ਅਸੀਂ ਸਾਰੇ ਇਸ ਕੇਸ ਦਾ ਪਿੱਛਾ ਕਰ ਰਹੇ ਹਾਂ ਵੀ ਜੋ ਵੀ ਹੋਊਗਾ ਅਸੀਂ ਚਾਹੁੰਦੇ ਹਾਂ ਵੀ ਕੋਰਟ ਜੇ ਨਹੀਂ ਵੀ ਲੈਂਦੀ ਤੇ ਫੇਰ ਵੀ ਅਸੀਂ ਜਿਹੜੇ ਲੋਕਾਂ ਦੀ ਨਾਲ ਇਹ ਕੁਛ ਹੋਇਆ ਜੀ। ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਹੈ ਵੀ ਇਹ 83 ਜਿਹੜੇ ਬੰਦਿਆਂ ਦੀ ਲਿਸਟ ਦਿੰਦਾ, ਇਹਦੇ ਵਿੱਚੋਂ ਬਹੁਤ ਸਾਰੇ ਕੰਪਨਸੇਟ ਹੋ ਚੁੱਕੇ ਆ। ਹਾਂਜੀ, ਇਹਦੇ ਵਿੱਚ ਕੋਈ ਝੂਠ ਨਹੀਂ ਕਿ ਵੀ ਇਹ ਬੰਦੇ ਮਾਰੇ ਗਏ ਔਰ ਇਹਨਾਂ ਦੇ ਨਾਂ ਤੇ ਇਨਾਮ ਲੈਂਦੇ ਰਹੇ ਆ। ਤੇ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਅੱਜ ਦੀ ਡੇਟ ਵਿੱਚ ਵੀ ਬੇਅੰਤ ਸਿੰਘ ਦੀ ਅਸੈਂਬਲੀ ਦੇ ਵਿੱਚ ਉਸ ਵੇਲੇ ਦੀ ਵਿਧਾਨ ਸਭਾ ਦੇ ਵਿੱਚ ਇੱਕ ਰਿਕਾਰਡ ਹੈ ਜਿਹਦੇ ਵਿੱਚ ਬੇਅੰਤ ਸਿੰਘ ਨੇ ਇਹ ਸ਼ੋਅ ਕੀਤਾ ਵੀ ਇੰਨੇ ਲੋਕਾਂ ਨੇ ਨੂੰ ਅਸੀਂ ਇਨਾਮ ਦਿੱਤੇ ਆ। ਹਾਂਜੀ, ਉਹ ਸਾਡਾ ਸਰਕਾਰੀ ਰਿਕਾਰਡ ਆ, ਉਹਨੂੰ ਅਸੀਂ ਜਦੋਂ ਮਰਜ਼ੀ ਜਾਈਏ ਕਢਾ ਕੇ ਵੇਖ ਸਕਦੇ ਹਾਂ ਵੀ ਇਹਨਾਂ ਕਿੰਨੀਆਂ ਤਰੱਕੀਆਂ ਤੇ ਕਿੰਨਾ ਕਿੰਨਾ ਲੋਕਾਂ ਨੂੰ ਕਿੰਨੇ ਕਿੰਨੇ ਇਨਾਮ ਜਿਹੜੇ ਆ ਉਹ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਲਈ ਦਿੱਤੇ ਗਏ ਆ। ਤੇ ਸੁਰਜੀਤ ਸਿੰਘ ਨੂੰ ਮੈਂ ਐਪਰੀਸ਼ੀਏਟ ਹੀ ਕਰਦੀ ਹਾਂ, ਮੈਂ ਉਹਨੂੰ ਮਿਲੀ ਵੀ ਹਾਂ ਤੇ ਮੈਂ ਉਹਨੂੰ ਇਹੋ ਹੀ ਕਿਹਾ ਵੀ ਤੂੰ ਆਪਣੇ ਸਟੈਂਡ ਤੇ ਰਹਿ ਕੇ ਲੋਕਾਂ ਨੂੰ ਸੱਚ ਦੱਸ ਤੇ ਇਤਿਹਾਸ ਦਾ ਇੱਕ ਪਾਰਟ ਬਣ ਤਾਂ ਕਿ ਕੱਲ ਨੂੰ ਤੈਨੂੰ ਲੋਕ ਇੱਕ ਮਾੜੇ ਅਨਸਰ ਦੀ ਤਰ੍ਹਾਂ ਤਾਂ ਜਾਣਦੇ ਹੀ ਆ ਤੇ ਤੈਨੂੰ ਇਹ ਵੀ ਲੋਕ ਸ਼ਾਬਾਸ਼ ਦੇਣੀ ਕਿ ਚਲੋ ਕਿਸੇ ਦੀ ਜ਼ਮੀਰ ਤਾਂ ਜਾਗੀ, ਕਿਸੇ ਨੇ ਤਾਂ ਸੱਚ ਇਹ ਦੁਨੀਆਂ ਨੂੰ ਦੱਸਿਆ। ਜੀ ਬਿਲਕੁਲ, ਤੇ ਬੀਬੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਅੱਡੀਆਂ ਨੇ ਚਾਹਾਂਗੇ ਕਿ ਤੁਸੀਂ ਦੱਸੋ ਕਿ ਤੁਸੀਂ ਅਮੈਰੀਕਾ ਕੈਨੇਡਾ ਵੀ ਆਏ ਹੋ ਤੇ ਇੱਥੇ ਸਿੱਖਾਂ ਦੇ ਵਿਚਾਰ ਤੇ ਕੰਮ ਕਰਨ ਢੰਗਾਂ ਤੋਂ ਕਾਫੀ ਵਾਕਿਫ ਹੋ, ਪੰਜਾਬ ਦੇ ਵਿੱਚ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਬਾਹਰਲੇ ਸਿੱਖ ਕੀ ਰੋਲ ਅਦਾ ਕਰ ਸਕਦੇ ਨੇ, ਇਸ ਬਾਰੇ ਦੱਸੋ। ਹਾਂਜੀ, ਜਿੰਨਾ ਮੇਰਾ ਖਿਆਲ ਆ ਵੀ ਬਾਹਰਲੇ ਲੋਕਾਂ ਨੇ ਲੋਕਾਂ ਨੂੰ ਮੋਰਲ ਸਪੋਰਟ ਦਿੱਤੀ ਹੈ, ਮੋਰਲ ਸਪੋਰਟ ਬਹੁਤ ਵੱਡੀ ਗੱਲ ਹੁੰਦੀ ਹੈ। ਜਦੋਂ ਅਸੀਂ ਇੱਥੇ ਬੋਲਦੇ ਹਾਂ ਜਿਵੇਂ ਸਰਦਾਰ ਖਾਲੜਾ ਨੇ ਸੋਚਿਆ ਵੀ ਜੇ ਮੈਂ ਪੰਜਾਬ ਕਰਦਾ ਹਾਂ ਤਾਂ ਮੇਰੀ ਗੱਲ ਸੁਣੀ ਨਹੀਂ ਜਾਣੀ ਤੇ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਗੱਲ ਕੀਤੀ। ਤੁਹਾਨੂੰ ਇੱਥੇ ਮਨੁੱਖੀ ਅਧਿਕਾਰਾਂ ਦੇ ਇੱਥੇ ਰਾਹ ਵੀ ਜ਼ਿਆਦਾ ਖੁੱਲ੍ਹੇ ਆ ਔਰ ਇੱਥੋਂ ਦੀ ਜਿਹੜੀ ਸਪੋਰਟ ਆ ਤੁਹਾਡੀਆਂ ਗਵਰਨਮੈਂਟਾਂ ਵੀ ਤੁਹਾਨੂੰ ਸਪੋਰਟ ਕਰਦੀਆਂ। ਮੈਨੂੰ ਲੱਗਦਾ ਵੀ ਖਾਲੜਾ ਕੇਸ 'ਚ ਤੇ ਈਵਨ ਸਾਰੇ ਕੇਸਾਂ 'ਚ ਸਿੱਖਾਂ ਦੀ ਨਸਲਕੁਸ਼ੀ 'ਚ ਜਾਂ ਸਿੱਖਾਂ ਦਾ ਕੋਈ ਵੀ ਮਸਲਾ ਹੋਵੇ ਉਹਦੇ ਵਿੱਚ ਜਿੰਨੀ ਮੋਰਲ ਸਪੋਰਟ ਬਾਹਰੋਂ ਮਿਲਦੀ ਆ ਉਨੀ ਇੱਥੋਂ ਅੰਦਰੋਂ ਨਹੀਂ ਮਿਲਦੀ। ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦੀ ਹਾਂ, ਅੱਗੇ ਵੀ ਇਹੋ ਬੇਨਤੀ ਕਰਦੀ ਹਾਂ ਕਿ ਮੋਰਲ ਸਪੋਰਟ ਤੋਂ ਬਿਨਾਂ ਕੌਮ ਦੀਆਂ ਪ੍ਰਾਪਤੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜਿੰਨੀ ਵੱਧ ਤੋਂ ਵੱਧ ਮੋਰਲ ਸਪੋਰਟ ਹਰ ਇਸ਼ੂ ਨੂੰ, ਅੱਜ ਕੱਲ੍ਹ ਤੇ ਦੁਨੀਆਂ ਗਲੋਬਲ ਹੈ, ਅੱਜ ਕੱਲ੍ਹ ਤੇ ਕੰਪਿਊਟਰ ਤੇ ਸਭ ਕੁਛ ਤੁਸੀਂ ਕਰ ਸਕਦੇ ਹਾਂ, ਅਪੀਲਾਂ ਪਾ ਸਕਦੇ ਹਾਂ, ਸਭ ਕੁਛ ਕਰ ਸਕਦੇ ਹਾਂ, ਗਵਰਨਮੈਂਟ ਦੇ ਖਿਲਾਫ਼ ਬੋਲ ਸਕਦੇ ਹਾਂ ਤੇ ਮੈਂ ਸਮਝਦੀ ਹਾਂ ਵੀ ਬਹੁਤ ਵੱਡਾ ਮੇਜਰ ਰੋਲ ਹੈ ਬਾਹਰਲੇ ਸਿੱਖਾਂ ਦਾ ਔਰ ਅਸਲੀ ਸਿੱਖੀ ਜਿਹੜੀ ਹੈ ਉਹ ਸਿਧਾਂਤ ਜਿਹੜਾ ਉਹਦੇ ਤੇ ਜ਼ਿਆਦਾ ਮਤਲਬ ਮੈਨੂੰ ਲੱਗਦਾ ਹੈ ਵੀ ਲੋਕ ਖੜੇ ਆ ਪੰਜਾਬ ਨਾਲ। ਜੀ,
ਤੇ ਬੀਬੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ TV84 ਦੀ ਸਿੱਖ ਸੰਗਤਾਂ ਦੇ ਰੂਬਰੂ ਹੋਏ। ਸਾਨੂੰ ਪਤਾ ਕਿ ਤੁਹਾਡੇ ਬਹੁਤ ਹਾਰਡ ਹੁੰਦਾ ਕਿ ਉਹ ਦੁਖਦਾਈ ਪਲਾਂ ਨੂੰ ਵਾਪਸ ਦੁਹਰਾਉਣਾ ਸਾਰਿਆਂ ਦੇ ਸਾਹਮਣੇ, ਪਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ, ਯੰਗ ਜਨਰੇਸ਼ਨ, ਨੂੰ ਪਤਾ ਲੱਗੇ ਕਿ ਸਾਡੇ ਸਿੰਘਾਂ ਨੇ, ਸਾਡੇ ਖਾਲਸਾ ਸਾਹਿਬ ਵਰਗੇ ਸਿੰਘਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਨੂੰ ਇਨਸਾਫ਼ ਦਿਵਾਉਣ ਲਈ ਆਪਣੀ ਬਹਾਦਰੀ ਦਿਖਾਈ, ਆਪਣੀ ਜਾਨ ਕੁਰਬਾਨ ਕਰ ਦਿੱਤੀ, ਕਿੰਨਾਂ ਲੋਕਾਂ ਨੇ ਇਨਸਾਫ਼ ਦਿੱਤਾ। ਅਤੇ ਬੀਬੀ ਜੀ, ਜਿਹੜਾ ਹੁਣ ਕੇਸ ਚੱਲ ਰਿਹਾ KPS ਦੇ ਗਿੱਲ ਦੇ ਖਿਲਾਫ਼, ਇਸ ਕੇਸ ਦੀ ਵੀ ਅਪਡੇਟਸ ਅਸੀਂ ਜ਼ਰੂਰ ਤੁਹਾਡੇ ਕੋਲ ਲੈਂਦੇ ਰਹਾਂਗੇ। ਅਤੇ ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ ਅਤੇ ਵਕਤ ਵਕਤ ਨਾਲ ਤੁਹਾਡੇ ਤੋਂ ਫਿਰ ਤੋਂ ਗੱਲਬਾਤ ਕਰਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਵੀਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ, ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।